ਗੁਰਦਾਸਪੁਰ ਦੇ ਇੱਕ ਸਰਕਾਰੀ ਐਲੀਮੈਂਟਰੀ ਸਕੂਲ ਦੇ ਇੱਕ ਹੈੱਡ ਟੀਚਰ ਨੂੰ ਸਿੱਖਿਆ ਵਿਭਾਗ ਨੇ ਇਸ ਲਈ ਸਸਪੈਂਡ ਕਰ ਦਿੱਤਾ ਕਿਉਂਕਿ ਉਸਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੋਸ਼ਲ ਮੀਡੀਆ 'ਤੇ ਕਮੈਂਟ ਕੀਤਾ ਸੀ। ਮਾਮਲਾ ਹੈ ਕਰਤਾਰਪੁਰ ਕੋਰੀਡੋਰ ਦੇ ਉਦਘਾਟਨ ਸਮਾਗਮ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕੱਠੇ ਲੰਗਰ ਜਦ ਛਕਿਆ ਸੀ ਉਸ ਵੇਲੇ ਦਾ। ਉਸ ਵੇਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੱਕ ਟੇਬਲ ਦੇ ਉੱਪਰ ਲੰਗਰ ਪ੍ਰਸ਼ਾਦ ਰੱਖ ਕੇ ਛਕ ਰਹੇ ਸਨ। ਇਹ ਪੋਸਟ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਵੀ ਹੋਈ ਅਤੇ ਲੋਕਾਂ ਨੇ ਇਸ ਉੱਪਰ ਕਈ ਤਰ੍ਹਾਂ ਦੇ ਕਮੈਂਟ ਵੀ ਕੀਤੇ ਸਨ, ਪਰ ਗੁਰਦਾਸਪੁਰ ਦੇ ਇੱਕ ਹੈੱਡ ਟੀਚਰ ਨੂੰ ਇਸ ਪੋਸਟ 'ਤੇ ਕਮੈਂਟ ਕਰਨਾ ਮਹਿੰਗਾ ਪੈ ਗਿਆ ਅਤੇ ਹੈੱਡ ਟੀਚਰ ਗੁਰਮੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ। ਇਸ ਮਾਮਲੇ ਦੀ ਪੜਤਾਲ ਕਰ ਰਹੀ ਜ਼ਿਲ੍ਹਾ ਸਿੱਖਿਆ ਅਫਸਰ ਰਕੇਸ਼ ਬਾਲਾ ਨੇ ਦੱਸਿਆ ਹੈ ਕਿ ਗੁਰਮੀਤ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਆਲੇਚੱਕ ਗੁਰਦਾਸਪੁਰ ਵਿੱਚ ਬਤੌਰ ਹੈੱਡ ਟੀਚਰ ਕੰਮ ਕਰ ਰਿਹਾ ਸੀ, ਜਿਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਲੰਗਰ ਖਾਣ ਵਾਲੀ ਫੋਟੋ ਨੂੰ ਆਫੀਸ਼ੀਅਲ ਗਰੁੱਪ ਵਿੱਚ ਹੀ ਸੈਂਡ ਕਰਕੇ ਗਲਤ ਟਿੱਪਣੀ ਕੀਤੀ ਸੀ। ਇਸ ਗਰੁੱਪ ਵਿੱਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਪਲ ਔਜਲ ਵੀ ਸ਼ਾਮਲ ਹਨ, ਜਿਨ੍ਹਾਂ ਨੇ ਇਸ ਦਾ ਨੋਟਿਸ ਲੈਂਦਿਆਂ ਇਸ ਟੀਚਰ 'ਤੇ ਕਾਰਵਾਈ ਕਰਨ ਦੇ ਹੁਕਮ ਦਿੱਤੇ। ਉਹਨਾਂ ਦੱਸਿਆ ਕਿ ਦੋਸ਼ੀ ਨੇ ਆਪਣੀ ਗਲਤੀ ਤਾਂ ਮੰਨੀ ਹੈ, ਪਰ ਇਸ ਦੇ ਬਾਵਜੂਦ ਇਸ ਦੀ ਰਿਪੋਰਟ ਬਣਾ ਕੇ ਸਿੱਖਿਆ ਸਕੱਤਰ ਨੂੰ ਭੇਜੀ ਗਈ, ਜਿਸ ਤੋਂ ਬਾਅਦ ਇਸ ਅਧਿਆਪਕ ਨੂੰ ਹੁਣ ਸਸਪੈਂਡ ਕਰ ਦਿੱਤਾ ਗਿਆ ਹੈ। ਪ੍ਰਾਇਮਰੀ ਸਕੂਲ ਦਾ ਟੀਚਰ ਸੀਗਾ, ਆਲੇ 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 ਸਕੂਲ ਲੱਗੇ ਦਾ ਸੀ, ਆਲੇ ਪ੍ਰਾਇਮਰੀ ਸਕੂਲ 'ਚ ਆਲੇ ਚੱਕ ਲੱਗੇ ਦਾ ਸੀ ਪ੍ਰਾਇਮਰੀ ਸਕੂਲ ਦੇ ਵਿੱਚ। ਅਤੇ ਉਹਨੇ ਆਪਣੀ ਗਲਤੀ ਮੰਨ ਲਈ ਕਿ ਮੈਂ ਮੇਰੇ ਕੋਲੋਂ ਗਲਤੀ ਨਾਲ ਜਿਹੜਾ ਪੈ ਗਿਆ। ਉਹ ਮੈਸੇਜ ਸੀਗਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿ ਸਾਰੇ ਖਾਣਾ ਖਾ ਰਹੇ ਸੀਗੇ, ਲੰਗਰ ਛੱਕ ਰਹੇ ਸੀਗੇ, ਅਤੇ ਜਿਹੜੇ ਕੈਪਟਨ ਸਾਹਿਬ ਮਤਲਬ ਥੋੜ੍ਹੀ ਜਿਹੀ ਉੱਚਾ ਜਿਹਾ ਥੋੜ੍ਹਾ ਜਿਹਾ ਮੂੜਾ ਜਿਹਾ ਬਣਾ ਕੇ ਉਹਦੇ 'ਤੇ ਖਾਣਾ ਖਾ ਰਹੇ ਸੀਗੇ, ਅਤੇ ਉੱਥੇ ਉਹਨਾਂ ਨੇ ਲੱਖ ਦੀ ਲਾਹਨਤ ਪਾਇਆ ਸੀ। ਆਪਾਂ ਥੋੜ੍ਹਾ ਪਤਾ ਕੀਤਾ, ਉਹ ਫਿਰ ਆਪ ਅਸੀਂ ਜਦੋਂ ਬੁਲਾਇਆ ਉਹਨੂੰ, ਅਸੀਂ ਜਦੋਂ ਅਸੀਂ ਇਨਕੁਆਇਰੀ ਕੀਤੀ ਤਾਂ ਉਹ ਸਾਨੂੰ ਲਿਖ ਕੇ ਦੇ ਗਿਆ ਕਿ ਮੇਰੇ ਕੋਲ ਗਲਤੀ ਨਾਲ ਜਿਹੜਾ ਆ ਇਹ ਮੈਸੇਜ ਜਿਹੜਾ ਆ ਇਹ ਅਵੰਤ ਗਰੁੱਪ ਵਿੱਚ ਪੈ ਗਿਆ ਆ। ਉਸ ਗਰੁੱਪ ਵਿੱਚ ਡੀ ਸੀ ਸਾਹਿਬ ਵੀ ਸੀਗੇ। ਡੀ ਸੀ ਸਾਹਿਬ ਨੇ ਫਿਰ ਮੈਨੂੰ ਇਨਕੁਆਇਰੀ ਕਰਨ ਵਾਸਤੇ ਕਿਹਾ, ਉਹਨਾਂ ਨੇ ਕਿਹਾ ਕਿ ਮੈਨੂੰ 24 ਘੰਟੇ ਦੇ ਅੰਦਰ ਅੰਦਰ ਇਨਕੁਆਇਰੀ ਕਰਕੇ ਦਿਓ। ਅਸੀਂ ਜਦੋਂ ਇਨਕੁਆਇਰੀ ਕੀਤੀ ਤਾਂ ਉਹ ਦੋਸ਼ੀ ਪਾਇਆ ਗਿਆ। ਆਪਾਂ ਇਨਫੋਰਮ ਕਰ ਦਿੱਤਾ ਡੀ ਸੀ ਸਾਹਿਬ ਨੂੰ, ਅਤੇ ਹਾਂ, ਅਤੇ ਡੀ ਸੀ ਸਾਹਿਬ ਨੇ ਅੱਗੇ ਫਿਰ ਸੈਕਟਰੀ ਸਾਹਿਬ ਨੂੰ ਫੋਨ ਕੀਤਾ, ਕਿਉਂਕਿ ਉਹਦੀ ਜਿਹੜੀ ਪਾਵਰ ਸੀ ਉਹ ਐਲੀਮੈਂਟਰੀ ਦਾ ਪ੍ਰਾਇਮਰੀ ਦਾ ਹੈੱਡ ਟੀਚਰ ਸੀਗਾ, ਉਹਦੀ ਸਸਪੈਂਸ਼ਨ ਕਰਨ ਦੀ ਪਾਵਰ ਤਾਂ ਮੇਰੇ ਕੋਲ ਨਹੀਂ ਸੀ ਹੈਗੀ। ਅਤੇ ਮੈਂ ਡੀ ਸੀ ਸਾਹਿਬ ਨੂੰ ਲਿਖ ਦਿੱਤਾ ਕਿ ਮੇਰੇ ਕੋਲ, ਮੈਨੂੰ ਕਹਿੰਦੇ ਕਿ ਇਹਨੂੰ ਸਜ਼ਾ ਦਿਓ। ਮੈਂ ਕਿਹਾ ਕਿ ਮੇਰੇ ਕੋਲ ਕੋਈ ਪਾਵਰ ਨਹੀਂ ਹੈਗੀ, ਅਤੇ ਇਸ ਕਰਕੇ ਤੁਸੀਂ ਜਿਹੜਾ ਮਤਲਬ ਸੈਕਟਰੀ ਸਾਹਿਬ ਨੂੰ ਮਤਲਬ ਕਹੋ ਤੁਸੀਂ ਜੋ ਵੀ ਆ ਵੀ ਮਤਲਬ ਮੇਰੇ ਕੋਲ ਡੀ ਪੀ ਆਈ ਐਲੀਮੈਂਟਰੀ, ਮੈਂ ਡੀ ਪੀ ਆਈ ਸੈਕੰਡਰੀ ਹਾਂ, ਅਤੇ ਇਹ ਕੰਮ ਜਿਹੜਾ ਆ ਇਹ ਡੀ ਪੀ ਆਈ ਐਲੀਮੈਂਟਰੀ ਦਾ, ਤੇ ਹੁਣ ਉਹਨਾਂ ਨੂੰ ਸਸਪੈਂਡ ਕਰ ਦਿੱਤਾ। ਗੁਰਮੀਤ ਸਿੰਘ ਹੈੱਡ ਟੀਚਰ ਸੀਗਾ, ਵਟਸਐਪ 'ਤੇ ਪਾਈ ਸੀ, ਅਵੰਤ ਗਰੁੱਪ ਹੈ ਟੀਚਰਾਂ ਦਾ, ਜਿਹਦੇ 'ਚ ਡੀ ਸੀ ਸਾਹਿਬ ਵੀ ਸੀਗੇ। ਉਹਨਾਂ ਨੇ ਜਦੋਂ ਦੇਖ ਲਿਆ, ਉਹਨਾਂ ਨੇ ਇਮੀਜੀਏਟਲੀ ਮੈਨੂੰ ਫੋਨ ਕੀਤਾ। ਆਪਾਂ ਫਿਰ ਦਿਨੇ ਤੜਕੇ ਰਾਤ ਨੂੰ ਕੀਤਾ ਉਹਨਾਂ ਨੇ ਫੋਨ, ਦਿਨੇ ਤੜਕੇ ਆਪਾਂ ਬੁਲਾ ਕੇ, ਅਤੇ ਛੁੱਟੀ ਵਾਲੇ ਦਿਨ ਅਸੀਂ ਜਿਹੜੀ ਆ ਰਿਪੋਰਟ ਜਿਹੜੀ ਭੇਜ ਦਿੱਤੀ ਸੀ। ਗੁਰਦਾਸਪੁਰ ਤੋਂ ਸੁਖਬੀਰ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।